ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਲੇਖ ਰਾਜ ਭਿਆਣਾ, ਡਿਵੈਲਪਮੈਂਟ ਮੈਨੇਜਰ ਨੌਰਥ ਹੈੱਡ ਸੁਮੇਲ ਕੈਮੀਕਲ ਬੋਂਬੇ ਦੀ, ਜੋ ਇੰਡੀਅਨ ਮਲਟੀਨੈਸ਼ਨਲ ਕੰਪਨੀ ਹੈ। ਮੇਰੇ ਨਾਲ ਮਿਸਟਰ ਹਰਜਿੰਦਰ ਸਿੰਘ, ਹੈੱਡਕੁਆਟਰ ਲਹਿਰਾ ਗਾਗਾ। ਅੱਜ ਅਸੀਂ ਦੋਨੋਂ ਸਰਦਾਰ ਨਾਜਰ ਸਿੰਘ ਜੀ, ਪਿਤਾ ਜੀ ਦਾ ਨਾਮ ਸਰਦਾਰ ਨਾਹਰ ਸਿੰਘ ਜੀ, ਪਿੰਡ ਛਾਜਲਾ, ਤਹਿਸੀਲ ਸੁਨਾਮ, ਡਿਸਟ੍ਰਿਕਟ ਸੰਗਰੂਰ ਦੇ ਵਿੱਚ, ਅੱਜ ਇਹਨਾਂ ਦੇ ਅਸੀਂ ਖੇਤ ਦੇ ਵਿੱਚ 15 ਜੂਨ 2018 ਨੂੰ ਪਹੁੰਚੇ ਹਾਂ। ਜਿਹੜੀ ਦੋਸਤੋ ਤੁਸੀਂ ਪਨੀਰੀ ਦੇਖ ਰਹੇ ਹੋ, ਨਰਸਰੀ ਦੇਖ ਰਹੇ ਹੋ, ਇਹ ਦੀ ਸੋਇੰਗ ਜਿਹੜੀ ਹੈਗੀ ਹੈ 14 ਮਈ 2018 ਦੀ ਹੈ। ਅਤੇ ਉਸ ਤੋਂ ਬਾਅਦ ਮਿਸਟਰ ਹਰਜਿੰਦਰ ਸਿੰਘ ਜੀ ਨੇ, ਜਿਹੜਾ ਬਾਈ ਜੀ ਆਪਣੇ ਨਾਜਰ ਸਿੰਘ ਜੀ ਵੋਟ ਪਕੜ ਕੇ ਜਿੰਦਾ ਦਾ ਖੜ੍ਹੇ ਹੈ, ਇਸ ਦੇ ਵਿੱਚ ਇਸਦਾ 5 ਜੂਨ 2018 ਨੂੰ 700 ਸਕੁਅਰ ਮੀਟਰ ਦੇ ਵਿੱਚ 3 ਗ੍ਰਾਮ ਪਰ ਸਕੁਅਰ ਮੀਟਰ ਦੇ ਹਿਸਾਬ ਨਾਲ 2 ਕਿਲੋ 100 ਗ੍ਰਾਮ ਜਿੰਦਾ ਖਾਦ ਇਹਦੇ ਵਿੱਚ ਪਵਾਈ ਸੀ। ਅਤੇ ਉਸ ਤੋਂ ਬਾਅਦ ਅੱਜ ਅਸੀਂ ਇਹਨਾਂ ਦੇ ਖੇਤ ਦੇ ਵਿੱਚ, ਇਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਵੀ 15 ਜੂਨ 2018 ਨੂੰ ਅੱਜ ਇਹਨਾਂ ਦੇ ਖੇਤ ਦੇ ਵਿੱਚ ਪਹੁੰਚੇ ਹਾਂ। ਅਤੇ ਇਹਨਾਂ ਕੋਲ ਵੀਰ ਮੇਰੇ ਪੁੱਛਦੇ ਹਾਂ ਕਿ ਜਿੱਥੇ ਅਸੀਂ ਜਿੰਦਾ ਖਾਦ ਪਵਾਈ ਹੈ ਅਤੇ ਜਿੱਥੇ ਅਸੀਂ ਨਹੀਂ ਪਵਾਈ, ਦੋਨਾਂ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆ ਰਿਹਾ? ਠੀਕ ਹੈ ਜੀ, ਇਹਨਾਂ ਨੂੰ ਕਿਹਾ ਵੀ ਜਿੰਕ ਦੇ ਸਲਫਰ ਦੀ ਘਾਟ ਆ ਰਹੀ ਸੀ। ਆਪਣੇ ਕੋਲ ਇਹ ਚੀਜ਼ ਮੰਨ ਕੇ ਆਪਣਾ ਡੈਮੋ ਆਇਆ ਵੀ ਆਪਾਂ ਨੇ ਇਹ ਲਗਾਉਣਾ। ਜ਼ਿਮੀਂਦਾਰ ਫਾਰਮਰਾਂ ਨੇ ਮੰਨ ਕੇ ਵਧੀਆ ਸ਼ੌਂਕ ਨਾਲ ਮਿੱਟੀ ਦੇ ਵਿੱਚ ਰਲਾ ਕੇ ਸੀ ਇਹ, ਮੰਨ ਕੇ ਇਹਦੇ ਵਿੱਚ ਟਰਾਇਲ ਲਵਾਇਆ। ਟਰਾਇਲ ਲਵਾ ਕੇ ਤੁਸੀਂ ਆਪਦੇ ਮੰਨ ਕੇ ਜ਼ਿਮੀਂਦਾਰ ਨੇ ਫਾਰਮਰ, ਉਹ ਆਪਾਂ ਨੂੰ ਦੱਸਣਗੇ ਵੀ ਕੀ ਇਹਨਾਂ ਨੂੰ ਫਰਕ ਸੀ। ਹਾਂ ਦੱਸੋ ਜੀ, ਆ ਜਾਓ ਦੱਸੋ ਬਾਈ ਜੀ, ਇਹ ਜਿਹੜਾ ਆਪਣਾ ਜਿੰਦਾ ਖਾਦ ਆਪਾਂ ਇਹਦੇ ਵਿੱਚ ਟਰਾਇਲ ਲਵਾਇਆ ਹਰਜਿੰਦਰ ਸਿੰਘ ਜੀ ਤੁਹਾਡੇ ਨਾਲ, ਇਹਦੇ ਵਿੱਚ ਵੀਰ ਮੇਰੇ ਪਹਿਲੇ ਤੁਹਾਡੀ ਪਨੀਰੀ ਕਿਵੇਂ ਸੀ ਤਾਂ ਹੁਣ ਕਿਵੇਂ ਹੋ ਗਈ ਇਹ ਦੱਸਣਾ? ਇਹ ਪਨੀਰੀ ਪਹਿਲਾਂ ਪੀਲੀ ਹੁੰਦੀ ਸੀ, ਪਹਿਲੇ ਪੀਲੀ ਹੁੰਦੀ ਸੀ, ਪੀਲੀ ਹੁੰਦੀ ਸੀ, ਮੱਚਾਂ ਲੱਗ ਗਈ ਸੀ, ਮੱਚਾਂ ਲੱਗ ਗਈ ਸੀ, ਉਸ ਬਾਅਦ ਇਹ ਪਾਸ ਫੜ ਗਈ। ਅੱਛਾ ਜੀ, ਠੀਕ ਹੈ ਜੀ। ਤੇ ਹੋਰ ਤੁਹਾਨੂੰ ਕੋਈ ਕੰਦ ਦੇ ਵਿੱਚ, ਰੰਗ ਦੇ ਵਿੱਚ, ਕੋਟ ਦੇ ਵਿੱਚ ਵੱਧ ਕਰਿਆ? ਹਾਂ ਹਾਂ, ਇੱਕ ਵਾਰ ਸੀ ਤੇ ਕੋਟ ਵੀ ਵਧੀਆ ਹੋਈ ਹੈ। ਤੇ ਦੂਜੀ ਜਿੱਥੇ ਆਪਾਂ ਨਹੀਂ ਪਾਈ ਹੈਗੀ ਹੈ, ਉਹ ਜਿਹੜੇ ਪਰਲੇ ਪਾਸੇ ਜਿਹੜੀ ਥੋੜਾ ਜਿਹਾ ਥਾਂ ਛੱਡਿਆ ਸੀਗਾ ਉੱਥੇ ਪਾਈਏ, ਵੀ ਉੱਥੇ ਮਤਲਬ ਜਿਹੜੀ ਹੈਗੀ ਇਹਦੇ ਨਾਲ ਫਰਕ ਹੈਗਾ? ਠੀਕ ਹੈ ਵੀਰ ਮੇਰੇ। ਤੇ ਇੱਕ ਸਾਡਾ ਇਹ ਜਿਹੜੀ ਤੁਸੀਂ ਲਾਈਏ, ਇਹ ਵੀਰ ਮੇਰੇ ਆਪਣੇ, ਆ ਜਾਓ ਤੁਸੀਂ ਵੀ ਆ ਜਾਓ ਭਾਈ, ਇਹ ਆਪਣੇ ਇਹ ਖਾਦ ਹੈਗੀ ਹੈ ਕੋਸਾ ਮਿਲ ਗੋਲਡ 90%, ਜਿਹਨੂੰ ਆਪਾਂ ਸਲਫਰ ਵੀ ਕਹਿੰਦੇ ਹਾਂ, ਗੰਧਕ ਵੀ ਕਹਿੰਦੇ ਹਾਂ, ਇਹਦਾ ਨਾਮ ਹੈ ਕੋਸਾ ਮਿਲ ਗੋਲਡ। ਇਹ ਜਦੋਂ ਹੁਣ ਤੁਸੀਂ ਇਹ ਪਨੀਰੀ ਪੱਟੋਗੇ, ਝੋਨਾ ਲਾਓਗੇ, ਝੋਨਾ ਲਾਉਣ ਤੋਂ ਬਾਅਦ ਜਦੋਂ ਤੁਸੀਂ 10ਵੇਂ 12ਵੇਂ ਦਿਨ ਪਹਿਲੀ ਖੇਤ ਦੇ ਵਿੱਚ ਯੂਰੀਆ ਪਾ ਰਹੇ ਹੋ, ਉਦੋਂ ਯੂਰੀਆ ਦਾ ਇੱਕ ਘੱਟਾ ਨਹੀਂ ਲੈਣਾ। 35 ਕਿਲੋ ਯੂਰੀਆ ਲੈ ਕੇ ਮਾੜਾ ਪਾਣੀ ਦਾ ਜਾਂ ਡੀਜ਼ਲ ਦਾ ਛਿੱਟਾ ਦੇ ਕੇ ਇਹ 3 ਕਿਲੋ ਇੱਕ ਕਿੱਲੇ ਦੇ ਵਿੱਚ ਪਊਗੀ ਅਤੇ ਤੁਸੀਂ ਉਸ ਦੇ ਵਿੱਚ ਖੇਤ ਦੇ ਵਿੱਚ ਖਿਲਾ ਲਓ। ਜਿਹੜੀ ਜ਼ਮੀਨਾਂ ਮਾੜੀਆਂ, ਛੋਰੇ ਵਾਲੀ ਜ਼ਮੀਨਾਂ, ਕਲਰ ਵਾਲੇ ਵਾਹਣ ਹੈ ਜਾਂ ਜਿੱਥੇ ਬੋਰਾਂ ਦੇ ਪਾਣੀ ਲੱਗਦੇ ਆ, ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ। ਇਹ ਜ਼ਮੀਨ ਦਾ ਜਿਹੜਾ ਮਤਲਬ ਉਹਦਾ ਕੰਟਰੋਲ ਹੈ, ਛੋਰੇ ਨੂੰ ਠੀਕ ਕੰਟਰੋਲ ਕਰਦੀ ਹੈ, ਇਹਦੇ ਨਾਲ ਜ਼ਮੀਨ ਪੋਲੀ ਹੁੰਦੀ ਹੈ। ਕੋਈ ਵੀ ਫਸਲ ਦਾ ਜਦੋਂ ਆਪਣੇ ਦੂਜਾ ਪੱਤਾ ਪੀਲੇ ਰੰਗ ਦਾ ਨਿਕਲਦਾ, ਉਹ ਸਲਫਰ ਦੀ ਘਾਟ ਹੁੰਦੀ ਹੈ, ਗੰਧਕ ਦੀ ਘਾਟ ਹੁੰਦੀ ਹੈ। ਜਦੋਂ ਜਿਸ ਤਰ੍ਹਾਂ ਕੋਈ ਵੀ ਫਸਲ ਪੀਲੀ ਪੈਂਦੀ, ਆਪਾਂ ਇੱਕਦਮ ਖੇਤਾਂ ਦੇ ਵਿੱਚ ਯੂਰੀਆ ਪਾਉਣਾ ਸ਼ੁਰੂ ਕਰਦੇ ਨੇ, ਉਹ ਯੂਰੀਆ ਦੀ ਘਾਟ, ਸਲਫਰ ਦੀ ਗੰਧਕ ਦੀ ਘਾਟ ਹੁੰਦੀ ਹੈ। ਇਹਦੇ ਪਵਾਉਣ ਨਾਲ ਤੁਹਾਡੇ ਫਾਲਤੂ ਦਾ ਅਲੱਗ ਜ਼ਿਆਦਾ ਖਰਚਾ ਨਹੀਂ ਕਰਾ ਰਹੇ। ਉੱਧਰ ਵੀਰ ਮੇਰੇ ਯੂਰੀਆ ਘਟਾ ਲਓ, ਯੂਰੀਆ 'ਤੇ ਜਿੱਥੇ ਤੁਸੀਂ ਇੱਕ ਘੰਟਾ ਘਟਾ ਰਹੇ ਹੋ, ਉਹਦੀ ਥਾਂ 'ਤੇ ਇੱਕ ਘੰਟੇ ਦੀ ਥਾਂ 'ਤੇ ਇਹ ਆਜੂਗੀ, ਇਹ ਮਿਲਾ ਕੇ ਤੁਸੀਂ ਇਹਦੇ ਜਿਹੜੇ ਸਾਡੇ ਡਿਸਟ੍ਰੀਬਿਊਟਰ ਹੈਗੇ ਤੁਹਾਡੇ ਪਿੰਡ ਦੇ ਵਿੱਚ ਛਾਜਲਾ, ਇਹਦੇ ਵਿੱਚ ਹੀ ਹੈਗੇ ਆ, ਹਰਜੀਤ ਸਿੰਘ, ਹਾਂਜੀ ਹਰਜੀਤ ਸਿੰਘ ਹੈ ਜੀ, ਹਰਜੀਤ ਸਿੰਘ ਜੀ ਹੈਗੇ ਆ, ਉੱਥੋਂ ਤੁਹਾਨੂੰ ਮਿਲੂਗੀ। ਬਸ ਬਸ ਪਾ ਕੇ ਬਾਕੀ ਠੀਕ ਹੈ ਵੀਰ, ਮੇਰਾ ਰਿਜ਼ਲਟ ਵਧੀਆ ਲੱਗਿਆ। ਹੋਰ ਬਾਈ ਜੀ ਤੁਸੀਂ ਕੁਛ ਕਹਿਣਾ ਚਾਹੋ? ਨਹੀਂ, ਠੀਕ ਹੈ ਤੁਹਾਡੇ ਸਾਹਿਬ ਰਿਜ਼ਲਟ ਬਹੁਤ ਠੀਕ ਹੈ ਵੀਰ ਮੇਰੇ, ਇਹਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।